ਡਰਾਈਵਿੰਗ ਲਾਇਸੈਂਸ ਬਣਾਉਣ ਲਈ ਐਪਲੀਕੈਂਟ ਦਾ ਡਰਾਈਵਿੰਗ ਟੈਸਟ ਲਾਜ਼ਮੀ ਹੋ ਗਿਆ ਹੈ। ਇਸ ਗੱਲ ਨੂੰ ਲੈ ਕੇ ਕਈ ਵਾਰ ਐਪਲੀਕੈਂਟ ਦਾ ਜਦੋਂ ਡਰਾਈਵਿੰਗ ਟੈਸਟ ਹੁੰਦਾ ਹੈ ਤਾਂ ਟਰੈਕ ਨੂੰ ਲੈ ਕੇ ਬਹੁਤ ਸਾਰੇ ਮਨ ਦੇ ਵਿੱਚ ਵਿਚਾਰ ਆਉਂਦੇ ਹਨ। ਜਦੋਂ ਐਪਲੀਕੈਂਟ ਵੱਲੋਂ ਟਰੈਕ ਉੱਤੇ ਕਾਰ ਟੈਸਟ ਲਈ ਗੱਡੀ ਨੂੰ ਡਰਾਈਵ ਕੀਤਾ ਜਾਂਦਾ ਹੈ ਤਾਂ ਕਈ ਵਾਰ ਉੱਥੇ ਬਣੇ ਨਿਸ਼ਾਨਦੇਹੀ ਉੱਪਰ ਸਾਈਡ ਗੱਡੀ ਚਲੀ ਜਾਵੇ ਤਾਂ ਉਸਦੇ ਨੰਬਰ ਵੀ ਕੱਟ ਲਏ ਜਾਂਦੇ ਹਨ ਅਤੇ ਕਈ ਵਾਰ ਜੋ ਵਿਭਾਗ ਵੱਲੋਂ ਟਾਈਮਿੰਗ ਰੱਖੀ ਜਾਂਦੀ ਹੈ ਉਸ ਵੇਲੇ ਵੀ ਕਾਹਲੀ ਵਿੱਚ ਡਰਾਈਵ ਗਲਤ ਹੋ ਜਾਂਦੀ ਹੈ, ਜਿਸ ਨਾਲ ਡਰਾਈਵਰ ਦਾ ਲਾਇਸੈਂਸ ਕੈਂਸਲ ਹੋ ਜਾਂਦਾ ਹੈ ਅਤੇ ਉਸਨੂੰ ਦੁਬਾਰਾ ਫਿਰ ਡਰਾਈਵਿੰਗ ਟੈਸਟ ਲਈ ਬੁਲਾਇਆ ਜਾਂਦਾ ਹੈ। ਇਸ ਸੰਬੰਧੀ ਉੱਥੇ ਮੌਜੂਦ ਅਧਿਕਾਰੀਆਂ ਵੱਲੋਂ ਕੀਤੀ ਗਈ ਗੱਲਬਾਤ ਅਤੇ ਡਰਾਈਵਿੰਗ ਟੈਸਟ ਲਈ ਜਾਣਕਾਰੀ ਆਮ ਨਾਗਰਿਕ ਨੂੰ ਮੁਹੱਈਆ ਕਰਵਾਈ ਗਈ ਹੈ, ਜੋ ਸਾਡੇ ਜੀਵੀਸੀ ਅਪਡੇਟ ਚੈਨਲ 'ਤੇ ਵਿਸ਼ੇਸ਼ ਤੌਰ 'ਤੇ ਪ੍ਰਸਾਰਿਤ ਕੀਤੀ ਜਾ ਰਹੀ ਹੈ। ਜੀਵੀਸੀ ਅਪਡੇਟ ਦੇ ਲਈ ਨਵਨੀਤ ਸਿੰਘ ਚੀਮਾ ਤੇ ਜਤਿੰਦਰ ਪ੍ਰਿੰਸ ਦੀ ਰਿਪੋਰਟ। ਹਾਂਜੀ ਸਰ, ਇਹ ਤਾਂ ਕੋਈ ਵੀ ਸ਼ਹਿਰ ਨਿਵਾਸੀ ਆਮ ਨਾਗਰਿਕ ਇੱਕ ਲਾਇਸੈਂਸ ਹੋਲਡਰ ਤਾਂ ਹੋਣਾ ਪੈਂਦਾ ਗੱਡੀ ਚਲਾਉਣ ਵਾਸਤੇ। ਜਦੋਂ ਵੀ ਉਹ ਇੱਥੇ ਟੈਸਟ ਲਈ ਤੁਹਾਡੇ ਡਿਪਾਰਟਮੈਂਟ ਵਿੱਚ ਪਹੁੰਚਦਾ ਤਾਂ ਕੀ ਰੂਲ ਰੈਗੂਲੇਸ਼ਨ ਹੁੰਦੇ ਨੇ ਟੈਸਟ ਡਰਾਈਵ ਵਾਸਤੇ? ਸਭ ਤੋਂ ਪਹਿਲਾਂ ਜਦੋਂ ਕੋਈ ਵੀ ਐਪਲੀਕੈਂਟ ਲਰਨਿੰਗ ਲਾਇਸੈਂਸ ਤੋਂ ਬਾਅਦ ਪੱਕਾ ਲਾਇਸੈਂਸ ਬਣਾਉਣ ਲਈ ਸਾਡੇ ਟੈਸਟਿੰਗ ਸੈਂਟਰ 'ਤੇ, ਪੰਜਾਬ ਦੇ ਕਿਸੇ ਵੀ ਟੈਸਟਿੰਗ ਸੈਂਟਰ 'ਤੇ ਆਉਂਦਾ ਹੈ, ਅਤੇ ਉਹਦੇ 4 ਸਟੈਪ ਆ ਟੈਸਟਿੰਗ ਸੈਂਟਰ ਦੇ ਉੱਪਰ। ਸਭ ਤੋਂ ਪਹਿਲਾਂ ਉਹਨੂੰ ਗ੍ਰੇਡੀਐਂਟ ਟੈਸਟ ਦਾ ਜਿਹੜਾ ਪਹਿਲਾ ਪਾਰਟ ਆ ਉਹਦੇ ਵਿੱਚ ਗ੍ਰੇਡੀਐਂਟ, ਇਟ ਮੀਨਸ ਹਾਈਟ ਦੇ ਉੱਪਰ ਗੱਡੀ ਚੜ੍ਹ ਕੇ ਉਤਾਰਦਾ ਆ। ਉਸ ਤੋਂ ਬਾਅਦ ਪੈਰਲਰ ਪਾਰਕਿੰਗ ਕਰਨੀ ਹੁੰਦੀ ਹੈ ਉਹਨੂੰ ਦੂਸਰੇ ਸਟੈਪ ਦੇ ਵਿੱਚ। ਤੀਸਰੇ ਸਟੈਪ ਦੇ ਵਿੱਚ 8 ਸ਼ੇਪ ਦੇ ਵਿੱਚ ਵਹੀਕਲ ਉਹਨੂੰ ਆਪਣਾ ਡਰਾਈਵ ਕਰਕੇ ਦਿਖਾਉਣਾ ਪੈਂਦਾ ਹੈ, ਅਤੇ ਲਾਸਟ ਸਟੈਪ ਜਿਹੜਾ ਰਿਵਰਸ ਪਾਰਕਿੰਗ ਦਾ। ਇਹਨਾਂ ਸਾਰਿਆਂ ਦਾ ਇੱਕ ਟਾਈਮ ਡੂਰੇਸ਼ਨ ਸੈੱਟ ਕੀਤਾ ਹੋਇਆ ਜਿਹਦੇ ਅੰਦਰ ਅੰਦਰ ਇਹ ਟੈਸਟ ਉਹਨਾਂ ਨੂੰ ਕਰਕੇ ਪਾਸ ਹੋਣਾ ਹੁੰਦਾ ਹੈ। ਜਿਵੇਂ ਕਿ ਗ੍ਰੇਡੀਐਂਟ 30 ਸਕਿੰਟ ਦੇ ਅੰਦਰ ਕਰਨਾ ਹੁੰਦਾ ਹੈ, ਪੈਰਲਰ ਪਾਰਕਿੰਗ ਜਿਹੜੀ ਹੈ 130 ਸਕਿੰਟ ਦੇ ਅੰਦਰ, 8 ਸ਼ੇਪ ਪਾਰਕਿੰਗ ਜਿਹੜੀ ਹੈ ਉਹ 45 ਸਕਿੰਟ ਦੇ ਅੰਦਰ, ਅਤੇ ਰਿਵਰਸ ਪਾਰਕਿੰਗ 135 ਸਕਿੰਟ ਦੇ ਅੰਦਰ। ਕਈ ਵਾਰ ਐਪਲੀਕੈਂਟ ਥੋੜ੍ਹਾ ਨਰਵਸ ਹੋ ਜਾਂਦਾ ਹੈ ਜਿਸ ਕਾਰਨ ਇਹ ਟਾਈਮ ਥੋੜ੍ਹਾ ਜਿਹਾ ਵੱਧ ਹੋ ਜਾਵੇ ਤਾਂ ਉਹਨਾਂ ਦਾ ਰੀਟੈਸਟ ਆ ਜਾਂਦਾ ਹੈ, ਪਰ ਜ਼ਿਆਦਾਤਰ ਜਿਹੜੇ ਆ ਜਿਹਨਾਂ ਨੂੰ ਗੱਡੀ ਚਲਾਉਣ 'ਚ ਕੋਈ ਪ੍ਰੋਬਲਮ ਨਹੀਂ ਹੈ ਉਹ ਇਹ ਟਾਈਮ ਟੈਸਟ ਈਜ਼ੀਲੀ ਪਾਸ ਕਰ ਲੈਂਦੇ ਆ। ਸਰ, ਕਈ ਵਾਰ ਦੇਖਿਆ ਜਾਂਦਾ ਕਿ ਇੱਕ ਡਰਾਈਵਰ ਜਿਹੜਾ ਟੈਸਟ ਦੇਣ ਆਇਆ ਉਹਦੇ ਵਿੱਚ ਘਬਰਾਹਟ ਹੁੰਦੀ ਹੈ ਜੀ, ਉਹਨੂੰ ਟੈਸਟ ਦੇਣ ਲੱਗਿਆਂ ਇਹ ਨਹੀਂ ਪਤਾ ਹੁੰਦਾ ਕਿ ਜਾਂ ਟਾਈਮ ਉੱਥੇ ਚੱਲਦਾ ਹੁੰਦਾ ਉਹਦੇ, ਉਹਨੂੰ ਲੈ ਕੇ ਥੋੜ੍ਹਾ ਜਿਹਾ ਘਬਰਾ ਜਾਂਦਾ ਅਤੇ ਗੱਡੀ ਕਦੇ ਫਾਸਟ ਹੋ ਜਾਂਦਾ, ਕਈ ਵਾਰੀ ਵਾਈਟ ਲਾਈਨ 'ਤੇ ਆ ਜਾਂਦੀ, ਅਤੇ ਉਹਦੇ ਸੰਬੰਧ ਦੇ ਵਿੱਚ ਤੁਸੀਂ ਕਿੱਦਾਂ ਗਾਈਡ ਕਰਦੇ ਆ ਜੀ? ਵੈਸੇ ਤਾਂ ਜਿੰਨੇ ਵੀ ਐਪਲੀਕੈਂਟ ਆਉਂਦੇ ਆ ਸਾਡਾ ਉੱਥੇ ਓਪਰੇਟਰ ਜਿਹੜੇ ਬੈਠੇ ਹੋਏ ਆ ਉਹ ਪੂਰਾ ਪ੍ਰੋਪਰ ਗਾਈਡ ਕਰਦੇ ਆ ਉਹਨਾਂ ਨੂੰ ਕਿ ਪਹਿਲਾਂ ਕਿੰਨੀ ਕੁ ਸਪੀਡ ਤੁਸੀਂ ਰੱਖੋ, ਟਾਈਮ ਦਾ ਵੀ ਉਹਨਾਂ ਨੂੰ ਸਾਰਾ ਦੱਸਿਆ ਹੁੰਦਾ ਹੈ। ਅਤੇ ਜਦੋਂ ਇਹ ਲਰਨਿੰਗ ਲਾਇਸੈਂਸ ਵੀ ਬਣਾਉਂਦੇ ਆ ਉਦੋਂ ਸਾਰੇ ਇਹਨਾਂ ਨੂੰ ਜਿਹੜੇ ਰੋਡ ਸਾਇੰਸ ਵਗੈਰਾ ਹੈ ਉਹ ਸਾਰੇ ਇਹਨਾਂ ਨੂੰ ਉਹਦੇ ਵੀਡੀਓ ਇੱਕ ਦਿਖਾਈ ਜਾਂਦੀ ਹੈ, ਉਹਦੇ ਵਿੱਚ ਸਾਰੇ ਰੋਡ ਸਾਇੰਸ ਹੁੰਦੇ ਆ। ਅਤੇ ਵੈਸੇ ਵੀ ਜਿੱਦਾਂ ਗ੍ਰੇਡੀਐਂਟ ਤੁਹਾਨੂੰ ਮੈਂ ਦੱਸਿਆ ਉਹਦੇ ਵਿੱਚ ਸਾਰੇ ਸਿਗਨਲ ਸਾਇੰਸ ਵਗੈਰਾ ਲਿਖੇ ਹੋਏ ਹੁੰਦੇ ਆ ਕਿ ਮੋੜ ਕੱਟਣ ਦਾ ਵੀ ਸਾਰਾ ਲਿਖਿਆ ਹੁੰਦਾ ਹੈ। ਅਤੇ ਬਾਕੀ ਜਿਹੜੇ ਆਪਣੇ ਓਪਰੇਟਰ ਆ ਉਹ ਹਮੇਸ਼ਾ ਹੈਲਪ ਕਰਨ ਨੂੰ ਤਿਆਰ ਆ ਅਤੇ ਹੈਲਪ ਕਰਦੇ ਵੀ ਆ, ਉਹਨੂੰ ਜਿੰਨੀ ਵਾਰ ਮਰਜ਼ੀ ਉਹਨਾਂ ਕੋਲੋਂ ਪੁੱਛ ਸਕਦੇ ਆ। ਵੈਸੇ ਆਪਾਂ ਲਿਖ ਕੇ ਵੀ ਲਗਾਇਆ ਹੋਇਆ ਉੱਥੇ ਸਾਰਾ, ਕੋਈ ਪ੍ਰੋਬਲਮ ਇਸ ਤਰ੍ਹਾਂ ਦੀ ਆਉਂਦੀ ਨਹੀਂ ਆ, ਜੇ ਫਿਰ ਵੀ ਆਵੇ ਤਾਂ ਗਾਈਡ ਕਰਨ ਨੂੰ ਸਾਡੇ ਸਟਾਫ ਵਾਲੇ ਹੈਗੇ ਆ। ਸਰ, ਟੈਸਟ ਡਰਾਈਵ ਟੈਸਟ ਲਈ ਜਦੋਂ ਕੋਈ ਆਉਂਦਾ ਡਰਾਈਵਰ ਉਹਨੂੰ ਵਹੀਕਲ ਆਪਣਾ ਲੈ ਕੇ ਆਉਣਾ ਪੈਂਦਾ ਜਾਂ ਇੱਥੋਂ ਤੁਹਾਡੇ ਡਿਪਾਰਟਮੈਂਟ ਵੱਲੋਂ ਪ੍ਰੋਵਾਈਡ ਕੀਤਾ ਜਾਂਦਾ? ਨਹੀਂ, ਜਿਸ ਵੀ ਕੈਟੇਗਰੀ ਦਾ ਵਹੀਕਲ ਦੀ ਟਰਾਈ ਹੈ ਉਸ ਡਰਾਈਵਰ ਦੀ, ਉਸ ਐਪਲੀਕੈਂਟ ਦੀ, ਉਹਨੇ ਆਪ ਹੀ ਲੈ ਕੇ ਆਉਣਾ ਹੁੰਦਾ ਹੈ, ਡਿਪਾਰਟਮੈਂਟ ਵੱਲੋਂ ਨਹੀਂ ਉਹ ਮੁਹੱਈਆ ਕਰਾਇਆ ਜਾਂਦਾ। ਬਾਈਕ ਦੀ ਹੈ ਤਾਂ ਬਾਈਕ, ਅਗਰ ਕਾਰ ਦੀ ਹੈ ਤਾਂ ਉਹ ਕਾਰ ਲੈ ਕੇ ਆਏਗਾ। ਕੋਈ ਮੈਸੇਜ ਦੇਣਾ ਚਾਹੋਗੇ ਸ਼ਹਿਰ?
ਸ਼ਹਿਰ ਵਾਸੀਆਂ ਨੂੰ ਬਸ ਇਹੀ ਮੈਸੇਜ ਆ ਕਿ ਆਪਣਾ ਜਿਹੜੀ ਆ ਆਪਣੀ ਡਰਾਈਵ ਬੜੇ ਹੀ ਧਿਆਨ ਦੇ ਨਾਲ ਕਰਨ, ਉਹਨਾਂ ਦੀ ਲਾਈਫ ਜਿਹੜੀ ਆ ਬਹੁਤ ਜ਼ਿਆਦਾ ਜ਼ਰੂਰੀ ਆ ਉਹਨਾਂ ਦੀ ਫੈਮਿਲੀ ਦੇ ਲਈ, ਅਤੇ ਉਹ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਸਾਰੇ ਸ਼ਹਿਰ ਵਾਸੀਆਂ ਦੇ ਦੇਸ਼ ਦੇ ਕੰਮ ਆ ਰਹੇ ਆ ਅਤੇ ਆਪਣੇ ਬੱਚੇ ਪਾਲ ਰਹੇ ਆ, ਅਤੇ ਆਪਣਾ ਇਹੀ ਮੈਸੇਜ ਆ ਕਿ ਸਾਰੇ ਆਪਣਾ ਵਧੀਆ ਤਰੀਕੇ ਨਾਲ ਡਰਾਈਵ ਕਰਨ ਅਤੇ ਸੇਫ ਚੱਲੋ, ਅਤੇ ਸੇਫ ਸਾਰਿਆਂ ਦੀ ਲਾਈਫ ਸਾਡੇ ਉਹਦੇ ਉੱਪਰ ਡਿਪੈਂਡੈਂਟ ਆ। ਕਮਿਸ਼ਨ ਜੀ ਅੱਜ ਟ੍ਰੈਕ ਸੈਂਟਰ ਵਿਖੇ ਆਏ ਹਾਂ ਅਪਲਾਈ ਕਰਨ ਲਾਇਸੈਂਸ ਬਣਾਉਣ ਵਾਸਤੇ, ਅਤੇ ਕਿੰਨੀ ਵਾਰ ਤੁਸੀਂ ਆਏ ਅਪਲਾਈ ਇਸ ਤੋਂ ਪਹਿਲਾਂ ਲਾਇਸੈਂਸ ਨਹੀਂ ਬਣਿਆ ਜੀ? ਸਰ ਬਣਿਆ, ਇਸ ਤੋਂ ਪਹਿਲਾਂ ਮੈਂ ਲਰਨਿੰਗ 'ਚ ਅਪਲਾਈ ਕੀਤਾ ਸੀ ਜੀ, ਜਦੋਂ ਲੈਂਗੁਏਜ ਤਾਂ ਜਿਸ ਟਾਈਮ ਮੈਂ ਟਰਾਈ ਦੇਣਾ ਇਹਨਾਂ ਨੂੰ ਕਹਿੰਦੇ ਨੀਟ ਆ ਗਿਆ ਸੀ ਟਾਈਮ ਦੁਬਾਰਾ ਕਰਨਾ ਆ ਗਿਆ, ਉਸ ਤੋਂ ਬਾਅਦ ਅਪਲਾਈ ਵਧੀਆ ਅਤੇ ਕਿਹੜਾ ਕਿਹੜਾ ਤੁਸੀਂ ਇਸ ਵਹੀਕਲ ਅਪਲਾਈ ਕੀਤਾ ਹੋਇਆ ਲਾਇਸੈਂਸ? ਸਰ ਮੇਰਾ ਟੂ ਵੀਲਰ ਦਾ ਅਤੇ ਸਾਰਿਆਂ ਦੇ ਅਲੱਗ ਅਲੱਗ ਟੈਸਟ ਹੋਣਗੇ ਤੁਹਾਡੇ? ਜੀ ਸਰ ਬਿਲਕੁਲ ਅਲੱਗ ਅਲੱਗ, ਪਰ ਟੂ ਵੀਲਰ ਦਾ ਅਤੇ ਕਿਸੇ ਦਾ ਇੱਕ ਬਰਾਬਰ ਨਹੀਂ ਹੁੰਦੀ? ਨਹੀਂ ਸਰ। ਠੀਕ ਹੈ ਜੀ, ਚਲੋ ਮੈਡਮ ਤੁਸੀਂ ਮੈਸੇਜ ਦਿਓਗੇ? ਸਰ ਜੀ, ਸਰ ਮੈਂ ਇਹ ਕਹਿਣਾ ਚਾਹੁੰਦਾ ਹਰ ਕੰਪਨੀ ਕਰਨਾ ਚਾਹੀਦਾ, ਠੀਕ ਹੈ ਜੀ, ਸਾਡਾ ਪ੍ਰਾਈਜ਼ ਨਹੀਂ ਹੁੰਦਾ ਜੀ, ਕੋਈ ਜੀ ਵੀ ਐਲ ਪੀ ਜੀ ਮੁੰਡੇ ਦਾ ਗੱਲ ਨਹੀਂ ਹੈ, ਸਰ ਹੁਣ ਤਾਂ ਰੋਡ ਕਿੱਦਾਂ ਚੱਲਦੇ ਆ? ਉਹਨਾਂ ਦਾ ਰੋਟਾ ਲੱਗ ਸੀਗਾ ਜੋ ਇੱਥੇ ਘੁੰਮਣ ਜਿਹੜੀਆਂ ਤਰੀਆਂ ਹੁੰਦੀਆਂ ਜੀ ਸਾਰੇ ਟਰਾਈ ਦੇ ਨਾਲ ਕਿਹੜੇ ਕਿਹੜੇ ਦੋਸਤੋ, ਆਪਕਾ ਸਕਾਈਸੀ ਆਇਲ, ਯੇ ਆਇਲ ਪੂਰਾ 100% ਨੈਚੁਰਲ ਇੰਗਰੀਡੀਐਂਟ ਸੇ ਬਨਾ ਹੁਆ ਹੈ, ਇਸਕੇ ਅੰਦਰ ਟੋਟਲ ਨੈਚੁਰਲ ਹਰਬਸ ਪੜੇ ਹੋਏ ਹੈ, ਕੋਈ ਕੈਮੀਕਲ ਨਹੀਂ ਹੈ ਇਸਮੇ, ਜ਼ਰੂਰ ਇਸਕੋ ਇੱਕ ਬਾਰ ਆਪ ਯੂਜ਼ ਕਰੇਂ, ਆਪਕੇ ਮਨ ਕੋ ਸ਼ਾਂਤੀ ਹੋਗੀ ਕਿ ਆਜ ਤੱਕ ਐਸਾ ਪ੍ਰੋਡਕਟ ਹਮ ਲੋਗੋਂ ਨੇ ਨਹੀਂ ਦੇਖਾ। ਸਕਾਈਸੀ ਆਇਲ।